लेटेस्ट अपडेट सब तो पहला देखने लई सब्सक्राइब करो चैनल पंजाब ते प्रेस करो बेल आइकन। ਬੀਤੇ ਦਿਨਾਂ ਸੰਗਰੂਰ ਜ਼ਿਲ੍ਹੇ ਦੇ 2 ਸਾਲਾਂ ਦੇ ਫਤਿਹਵੀਰ ਦੀ ਮੌਤ ਨਾਲ ਭਾਰਤੀ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਬੈਠੇ ਭਾਰਤੀ ਮੂਲ ਦੇ ਨਾਗਰਿਕਾਂ ਵਿੱਚ ਰੋਸ ਪਾਇਆ ਗਿਆ। ਮਗਰ ਪ੍ਰਸ਼ਾਸਨ ਹੈ ਕਿ ਉਸ ਹਾਦਸੇ ਤੋਂ ਸਬਕ ਲੈਣ ਦੀ ਬਜਾਏ ਹਲੇ ਵੀ ਕੁੰਭਕਰਨੀ ਨੀਂਦ ਸੁੱਤਾ ਪਿਆ ਤੇ ਸਰਕਾਰ ਆਪਣੇ ਇਸੇ ਆਲਸ ਕਰਕੇ ਹੀ ਪੁੱਟੇ ਹੋਏ ਬੋਰ ਵੈਲਾਂ ਦਾ ਪੂਰੇ ਅੰਕੜੇ ਨਹੀਂ ਜੁਟਾ ਸਕੀ। ਗੱਲ ਕੀਤੀ ਜਾਵੇ ਖੰਨਾ ਦੀ ਤਾਂ ਖੰਨਾ ਵਿੱਚ ਮਿਊਨਿਸਪਲ ਕੌਂਸਲ ਦੇ ਦਫ਼ਤਰ ਦੇ ਪਿੱਛੇ ਬਸਤੀ ਦੇ ਕੋਲ ਇੱਕ ਪੁੱਟਿਆ ਹੋਇਆ ਬੋਰਵੈਲ ਵੇਖਿਆ ਗਿਆ ਜੋ ਕਿ ਕਿਸੇ ਵੀ ਵੱਡੇ ਹਾਦਸੇ ਨੂੰ ਸੱਦਾ ਦੇ ਸਕਦਾ ਹੈ। ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਇੱਕ ਤਰਫ ਤਾਂ ਪੰਜਾਬ ਸਰਕਾਰ ਇਹ ਦਾਅਵਾ ਕਰ ਰਹੀ ਹੈ ਕਿ ਬੋਰਵੈਲ ਪ੍ਰਸ਼ਾਸਨ ਦੀ ਦੇਖਰੇਖ ਵਿੱਚ ਹੋਣਗੇ, ਮਗਰ ਇੱਥੇ ਇੰਨਾ ਵੱਡਾ ਬੋਰਵੈਲ ਪੁੱਟਿਆ ਹੋਇਆ ਜਿਸ ਵਿੱਚ ਇੱਕ ਬੱਚਾ ਹੀ ਨਹੀਂ ਸਗੋਂ ਕੋਈ ਵੀ ਵਿਅਕਤੀ ਉਸ ਦੇ ਅੰਦਰ ਧੱਸ ਸਕਦਾ। ਨਾਲੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਦੇ ਕੋਲ 2 ਸਕੂਲ ਵੀ ਹਨ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਇਸ ਤਰਫ ਗੌਰ ਕਰਨ ਦੀ ਲੋੜ ਹੈ ਅਤੇ ਪ੍ਰਸ਼ਾਸਨ ਨੂੰ ਵੀ ਇਸ ਨੂੰ ਬੰਦ ਕਰਨਾ ਚਾਹੀਦਾ ਤਾਂ ਜੋ ਫਤਿਹਵੀਰ ਨਾਲ ਹੋਇਆ ਉਹ ਕਿਸੇ ਦੇ ਵੀ ਨਾਲ ਨਾ ਹੋਵੇ। ਬੋਰਵੈਲ ਤੁਸੀਂ ਕੁਛ ਦਿਨ ਪਹਿਲਾਂ ਹੀ ਤਾਂ ਫਤਿਹਵੀਰ ਦੀ ਗੱਲ ਸੁਣੀ ਹੈ ਕਿ ਬੋਰਵੈਲ ਖੁੱਲ੍ਹੇ ਹੋਣ ਕਰਕੇ ਹੀ ਵਿਚਾਰਾ ਇੱਕ ਨਿਰਦੋਸ਼ ਜਿਹਦਾ ਜਨਮ ਦਿਨ ਸੀ ਉਹਦੀ ਹੱਤਿਆ ਹੋ ਚੁੱਕੀ ਔਰ ਕਿੰਨੇ ਹੀ ਉੱਥੇ ਕਾਰੀਗਰ ਆ ਕੇ ਚਲੇ ਗਏ। ਬੜੇ ਦੁੱਖ ਦੀ ਗੱਲ ਹੈ, ਪੰਜਾਬ ਸਰਕਾਰ ਇੱਕ ਪਾਸੇ ਤਾਂ ਕਹਿ ਰਹੀ ਹੈ ਕਿ 24 ਘੰਟੇ ਦੇ ਵਿੱਚ ਜਿੱਥੇ ਜਿੱਥੇ ਵੀ ਬੋਰ ਹੋਊਗਾ ਪਰਮਿਸ਼ਨ ਨਾਲ ਹੋਊਗਾ, ਸਰਕਾਰ ਦੇ ਜੇ ਪਰਮਿਸ਼ਨ ਹੋਊਗੀ ਤਾਂ ਬੋਰ ਹੋਊਗਾ, ਲੇਕਿਨ ਇੱਥੇ ਇੱਕ ਬੋਰ ਪੱਟਿਆ ਪਿਆ ਹੈ ਉਹਦੇ ਵਿੱਚ ਬੱਚਾ ਤੱਕ ਇੱਕ ਬੰਦਾ ਗਿਰ ਜਾਵੇ ਔਰ ਉਹਦੇ ਉੱਤੇ ਕੋਈ ਵੀ ਸਾਧਨ ਨਹੀਂ, ਕੋਈ ਲੈਣ ਨਹੀਂ, ਕੋਈ ਦੇਣ ਨਹੀਂ। ਇਹ ਖੰਨਾ ਪ੍ਰਸ਼ਾਸਨ ਦੀ ਨੱਕ ਥੱਲੇ ਅਤੇ ਪੋਲੀਟੀਕਲਾਂ ਦੀ ਨੱਕ ਦੇ ਥੱਲੇ ਕੰਮ ਹੋ ਰਿਹਾ, ਇਹ ਕਿਵੇਂ ਹੋ ਰਿਹਾ? ਅਸੀਂ ਇੱਕ ਗੱਲ ਪੁੱਛਣਾ ਚਾਹੁੰਦੇ ਹਾਂ ਇੱਥੇ ਦੇ ਪੋਲੀਟੀਕਲ ਲੋਕਾਂ ਨੂੰ ਜਾਂ ਪ੍ਰਸ਼ਾਸਨ ਨੂੰ ਵੀ ਐਡਾ ਬੜਾ ਬੋਰ, ਕਿੱਡਾ ਬੜਾ ਹਾਦਸਾ ਹੋ ਸਕਦਾ ਸੀ ਮਲੋਹ ਰੋਡ ਤੇ ਬਾਜੀਗਰ ਬਸਤੀ ਪੰਜਾਬ ਕਰੋਕਰੀ ਦੇ ਸਾਹਮਣੇ ਐਡੀ ਬੜੀ ਬੋਰਵੈਲ ਹੋਇਆ, ਐਡੀ ਬੜੀ ਸਰਾਖ ਮਾਰਿਆ ਗਿਆ ਔਰ ਐਡੀ ਬੜੀ ਧਰਤੀ ਦੇ ਵਿੱਚ ਛੇਦ ਹੈ ਕਿ ਬੰਦਾ ਗਿਰ ਸਕਦਾ, ਮਰ ਸਕਦਾ। ਇਹਦਾ ਜ਼ਿੰਮੇਵਾਰ ਪ੍ਰਸ਼ਾਸਨ ਕਿਹੜਾ ਪ੍ਰਸ਼ਾਸਨ ਹੈ ਉਹ ਸਾਨੂੰ ਦੱਸਿਆ ਜਾਵੇ। ਇਹ ਕੋਈ ਕਾਨੂੰਨ ਹੈ ਵੀ ਇਹਦੇ 24 ਘੰਟੇ ਪਹਿਲਾਂ ਫਤਿਹ ਦੀ ਇੱਕ ਹੱਤਿਆ ਹੋ ਚੁੱਕੀ ਹੈ, ਇੱਕ ਹੋਰ ਕੋਈ ਇੱਥੇ ਦੇ ਮੁਹੱਲੇ ਦੇ ਜਵਾਕ ਮਾਰਨੇ ਨੇ, ਇਹਨਾਂ ਦਾ ਜ਼ਿੰਮੇਵਾਰ ਕੌਣ ਹੈ? ਜੇ ਪ੍ਰਸ਼ਾਸਨ ਇੰਨੀ ਧਿਆਨ ਨਹੀਂ ਦਊਗਾ ਕੌਣ ਜ਼ਿੰਮੇਵਾਰ ਹੈ ਇਹਦਾ? ਮੈਂ ਇਹ ਗੱਲ ਪੁੱਛਣਾ ਚਾਹੁੰਦਾ ਪ੍ਰਸ਼ਾਸਨ ਨੂੰ ਵੀ ਇੱਥੇ ਕੋਈ ਹਾਦਸੇ ਦਾ ਇੰਤਜ਼ਾਰ ਕਰਦੇ ਹੋ? ਕਿਉਂ ਨਹੀਂ ਤੁਹਾਡੇ ਸੂਚਨਾ ਅਫਸਰ ਇੱਥੇ ਧਿਆਨ ਰੱਖਦੇ? ਕਿਸੇ ਨੇ ਕੰਪਲੇਂਟ ਕੀਤੀ ਹੋਣੀ ਹੈ ਜਾਂ ਕਿਸੇ ਨੇ ਕੋਈ ਦੱਸਿਆ ਹੋਣਾ? ਤੁਸੀਂ ਉਹਦਾ ਰੁਪਈਏ ਲੈ ਕੇ ਚੁੱਪ ਕਰਕੇ ਬਹਿ ਗਏ ਹੋਵੋਗੇ? ਇੱਥੇ ਤਾਂ ਫੌਰਨ ਧਿਆਨ ਦਿਓ, ਨਹੀਂ ਤਾਂ ਬੜਾ ਘਸਮਾਨ ਪਊਗਾ। ਪੰਜਾਬ ਦੇ ਮੁੱਖ ਮੰਤਰੀ ਨੇ ਬੰਦ ਕੀਤਾ, ਇਹ ਫੌਰਨ ਬੰਦ ਹੋਣਾ ਚਾਹੀਦਾ। ਮੈਂ ਇਹ ਕਹਿਣਾ ਚਾਹੁੰਦਾ ਕਿ ਅੱਜ ਤੋਂ 3-4 ਦਿਨ ਪਹਿਲਾਂ ਵਾਰਦਾਤ ਹੋਈ ਹੈ ਸੰਗਰੂਰ ਜ਼ਿਲ੍ਹੇ ਵਿੱਚ ਭਗਵਾਨਪੁਰਾ ਜੀ। ਉਹ ਛੋਟਾ ਜਿਹਾ ਬੱਚਾ ਹੋਰਵੈਲ ਜੀ ਵਿੱਚ ਗਿਰ ਗਿਆ ਜੀ, ਉਹਨੂੰ ਬੜੇ ਮੁਸ਼ਕਤ ਦੇ ਨਾਲ ਮਤਲਬ ਕਾਬੂ ਕੀਤਾ ਗਿਆ, ਉਹ ਮਰਿਆ ਕੱਢਿਆ ਗਿਆ, ਜੋ ਕਿ ਪ੍ਰਸ਼ਾਸਨ ਦੇ ਕੋਲ ਕੋਈ ਇਹੋ ਜਿਹੀ ਚੀਜ਼ ਨਹੀਂ ਹੈਗੀ ਵੀ ਜਲਦੀ ਤੋਂ ਜਲਦੀ ਉਹਨੂੰ ਕਵਰ ਕਰ ਸਕੇ। ਮੇਰਾ ਮਤਲਬ ਇਹ ਹੈ ਕਿ ਕੈਪਟਨ ਸਾਹਿਬ ਨੇ ਇਹ ਕਿਹਾ ਸੀ ਕਿ 24 ਘੰਟੇ ਦੇ ਅੰਦਰ ਅੰਦਰ ਜਿੱਥੇ ਵੀ ਕੋਈ ਯਾਨੀ ਕਿ ਬੋਰ ਵਗੈਰਾ ਹੋਇਆ ਜਾਂ ਜੋ ਵੀ ਹੋਇਆ, ਇਹ 24 ਘੰਟੇ ਦੇ ਅੰਦਰ ਅੰਦਰ ਅਸੀਂ ਇਹਨੂੰ ਮਤਲਬ ਬੰਦ ਕਰਾਵਾਂਗੇ, ਜੋ ਕਿ ਹਾਲੇ ਤੱਕ ਇੱਥੇ ਬੱਚੇ ਖੇਡ ਰਹੇ ਨੇ। ਕੋਈ ਵਾਰਦਾਤ ਦੁਬਾਰਾ ਫਿਰ ਹੋ ਸਕਦੀ ਹੈ, ਅਸੀਂ ਅਪੀਲ ਕਰਦੇ ਹਾਂ, ਦੇਖੋ ਕਿੰਨੇ ਬੱਚੇ ਇੱਥੇ ਖੇਡ ਰਹੇ ਨੇ, ਸਭ ਕੁਝ ਹੋ ਰਿਹਾ, ਲੇਕਿਨ ਇਹ ਅੱਜ ਤੱਕ ਬੰਦ ਨਹੀਂ ਹੋਇਆ ਜੀ। ਅਸੀਂ ਇਹ ਅਪੀਲ ਕਰਦੇ ਨੇ ਇਹਨੂੰ ਜਲਦ ਤੋਂ ਜਲਦ ਬੰਦ ਕੀਤਾ ਜਾਵੇ ਜੀ। ਤੁਹਾਨੂੰ ਜਿਸ ਤਰ੍ਹਾਂ ਪਤਾ ਹੀ ਹੈ, ਪਿਛਲੇ ਦਿਨੀ ਸੰਗਰੂਰ ਵਿਖੇ ਬਹੁਤ ਵੱਡੀ ਮੰਦਭਾਗੀ ਘਟਨਾ ਵਾਪਰੀ ਹੈ, ਫਤਿਹਵੀਰ ਸਿੰਘ ਦਾ ਹਾਦਸਾ ਲੋਕ ਭੁੱਲੇ ਨਹੀਂ ਹੈ। ਅਤੇ ਇੱਥੇ ਸਾਡੇ ਖੰਨਾ ਸ਼ਹਿਰ ਵਿਖੇ ਆ 2 ਸਕੂਲ ਨੇੜੇ ਪੈਣੇ, HD ਪਬਲਿਕ ਸਕੂਲ ਹੈ, ਇੱਕ ਹੋਰ ਸਕੂਲ ਆ ਰਿਹਾ ਝੁੱਗੀ ਝੋਪੜੀ ਵਾਲਾ ਗਰੀਬ ਬੱਚਿਆਂ ਦਾ, ਅਤੇ ਇੱਥੇ ਬੋਰ ਖੁੱਲ੍ਹਾ ਪਿਆ। ਬੋਰ ਖੁੱਲ੍ਹਾ ਹੋਣ ਕਰਕੇ ਪੰਜਾਬ ਸਰਕਾਰ ਦੀ ਨਲਾਇਕੀ ਹੋ ਸਕਦੀ ਹੈ, ਇਹ ਦੁਬਾਰਾ ਫਿਰ ਘਟਨਾ ਵਾਪਰਨ ਨੂੰ ਤਿਆਰ ਪਈ ਹੈ। ਜੇ ਨਾ ਕੁਛ ਕੀਤਾ ਗਿਆ ਤਾਂ ਕੋਈ ਨਾ ਕੋਈ ਬੱਚੇ ਦਾ ਹਾਦਸਾ ਹੋ ਸਕਦਾ ਹੈ। ਕੀ ਮੰਗ ਕਰਦੇ ਹੋ ਤੁਸੀਂ? ਸੋ ਅਸੀਂ ਬੇਨਤੀ ਕਰਦੇ ਸਰਕਾਰ ਨੂੰ, ਜਿਨ੍ਹਾਂ ਦੇ ਵੀ ਬੋਰ ਹੈਗਾ ਉਹਨਾਂ ਨੂੰ ਵੱਧ ਜਲਦੀ ਤੋਂ ਜਲਦ ਬੰਦ ਕੀਤਾ ਜਾਵੇ ਜਾਂ ਫਿਰ ਇਹਦਾ ਕੋਈ ਕਾਰਵਾਈ ਕੀਤੀ ਜਾਵੇ। ਖੰਨਾ ਖੁਰਦ ਤੋਂ ਆਇਆ ਸੀ ਪੰਜਾਬ ਕਰੋਕਰੀ ਦੇ। ਅੱਛਾ ਜੀ, ਕੀ ਦੇਖਿਆ? ਲੈਣ ਜੀ,
ਉਰੇ ਇੱਕ ਬੋਰ ਖੁੱਲ੍ਹਾ ਪਿਆ ਸੀ ਅਤੇ ਬੱਚਿਆਂ ਦਾ ਤੁਹਾਨੂੰ ਪਤਾ ਪੇਪਰ ਜਾ ਰਿਹਾ ਫਤਿਹਵੀਰ ਸਿੰਘ ਦਾ ਨੁਕਸਾਨ ਹੋ ਰਿਹਾ ਕੋਲ ਬੱਚਿਆਂ ਦਾ ਸਕੂਲ ਹੈ ਉਹਦੇ ਕਰਕੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਬੋਰ ਦੇ ਵਿੱਚ ਧਿਆਨ ਦਿੱਤਾ ਜਾਵੇ ਜਿਹਦੀ ਜਗ੍ਹਾ ਉਹਦੇ ਵਿੱਚ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉੱਥੇ ਇਸ ਸੰਬੰਧ ਵਿੱਚ ਜਦੋਂ ਖੰਨਾ ਮਿਊਨਿਸਪਲ ਕੌਂਸਲ ਦੇ ਕਾਰਜ ਸਾਧਕ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਉਹ ਸਾਰੇ ਬੋਰਵੈਲ ਦੀ ਲਿਸਟ ਉੱਤੇ ਭੇਜ ਚੁੱਕੇ ਨੇ ਅਤੇ ਸਾਰੇ ਬੋਰਵੈਲ ਬੰਦ ਨੇ। ਉੱਥੇ ਹੀ ਜਦੋਂ ਉਹਨਾਂ ਨੂੰ ਇੱਕ ਵੱਡੇ ਬੋਰਵੈਲ ਖੁੱਲ੍ਹੇ ਹੋਣ ਦੀ ਗੱਲ ਆਖੀ ਗਈ ਤਾਂ ਉਹਨਾਂ ਦਾ ਇਹ ਕਹਿਣਾ ਸੀ ਕਿ ਤੁਸੀਂ ਸਾਡੇ ਧਿਆਨ ਵਿੱਚ ਇਹ ਗੱਲ ਲਿਆਂਦੀ ਹੈ ਅਤੇ ਇਸ ਨੂੰ ਛੇਤੀ ਹੀ ਬੰਦ ਕਰ ਦਿੱਤਾ ਜਾਵੇਗਾ। ਜੇ ਤੁਸੀਂ ਇਹ ਵੀ ਧਿਆਨ 'ਚ ਲੈਂਦੇ ਅਸੀਂ ਤੁਰੰਤ ਨਹੀਂ ਬੰਦੇ ਭੇਜ ਕੇ ਉਸਨੂੰ ਚੈੱਕ ਕਰਾਂਗੇ। ਉਹ ਜਿਸ ਪਲਾਟ ਦੇ ਵਿੱਚ ਖੁੱਲ੍ਹਾ ਪਿਆ ਕੀ ਉਹਦੇ 'ਤੇ ਵੀ ਕਾਰਵਾਈ ਕੀਤੀ ਜਾਏਗੀ ਜੀ? ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਜਿਨ੍ਹਾਂ ਦੇ ਪ੍ਰਾਈਵੇਟ ਬੋਰਵੈਲ ਖੁੱਲ੍ਹੇ ਨੇ ਕਿ ਉਹ ਵੀ ਤੁਰੰਤ ਆਪਣੇ ਬੰਦ ਕਰਨ। ਸਾਰੇ ਮੈਂ ਤਾਂ ਇੰਡਸਟਰੀ ਵਾਲਿਆਂ ਨਾਲ ਵੀ ਆਪ ਸੰਪਰਕ ਕੀਤਾ, ਇੱਥੋਂ ਤੱਕ ਕਈ ਵਾਰੀ ਮਿਊਨਿਸਪੈਲਿਟੀਜ਼ ਹੈ ਜਾਂ ਵੱਡੇ ਯੂਨਿਟ ਨੇ ਜਿਹੜੇ ਉਹਨਾਂ ਨਾਲ ਨਿੱਜੀ ਤੌਰ 'ਤੇ ਸੰਪਰਕ ਕਰਕੇ ਇਨਸ਼ੋਰ ਕੀਤਾ ਵੀ ਕੋਈ ਵੀ ਬੋਰਵੈਲ ਖੁੱਲ੍ਹਾ ਨਾ। ਇੱਥੇ ਹੈਰਾਨੀ ਦੀ ਗੱਲ ਹੈ ਕਿ ਫਤਿਹਵੀਰ ਦੀ ਮੌਤ ਨੇ ਜਿੱਥੇ ਪੰਜਾਬ ਦੇ ਨਾਲ ਨਾਲ ਦੇਸ਼ਾਂ ਵਿਦੇਸ਼ਾਂ ਤੱਕ ਦੀ ਰੂਹ ਕੰਬਾ ਕੇ ਰੱਖ ਦਿੱਤੀ ਸੀ, ਉੱਥੇ ਹੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਜੋ ਕਿ ਇਹਨਾਂ ਖੁੱਲ੍ਹੇ ਬੋਰਵੈਲ ਰਾਹੀਂ ਸ਼ਾਇਦ ਕਿਸੇ ਹੋਰ ਵੱਡੇ ਹਾਦਸੇ ਹੋਣ ਦਾ ਇੰਤਜ਼ਾਰ ਕਰ ਰਹੇ ਨੇ। ਖੰਨਾ ਤੋਂ ਸੰਜੇ ਸੈਣੀ ਦੀ ਰਿਪੋਰਟ, ਚੈਨਲ ਪੰਜਾਬ। ਸਾਡੀ ਲੇਟੈਸਟ ਖਬਰ ਨੂੰ ਸਭ ਤੋਂ ਪਹਿਲਾਂ ਵੇਖਣ ਲਈ ਸਾਡੇ ਚੈਨਲ ਪੰਜਾਬ ਨੂੰ ਕਰੋ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਲਈ ਦਬਾਓ ਬੈਲ ਦਾ ਬਟਨ। ਇਟਸ ਕੂਲ।